ਅੰਮ੍ਰਿਤਸਰ ਦਿਹਾਤੀ ਦੇ SSP ਨੇ ਡੋਪ ਟੈਸਟ ਕਰਾਏ ਪੁਲਿਸ ਵਾਲਿਆਂ ਦੇ। 100 ਤੋਂ ਜ਼ਿਆਦਾ ਤਾਂ ਪੁਲਿਸ ਵਾਲੇ ਜਿਹੜੇ ਨੇ ਉਹ ਡਰੱਗੀ ਨਿਕਲੇ ਨੇ। ਮਾਲੀ ਉਹ ਬੇਈਮਾਨ ਹੋ ਗਿਆ, ਫਿਰ ਤੁਸੀਂ ਬਾਗ ਦੀ ਕੀ ਉਮੀਦ ਕਰੋਗੇ ਕਿ ਬਾਗ 'ਚ ਬਾਹਰ ਆਉਣਗੀਆਂ? ਕੈਪਟਨ ਸਾਹਿਬ ਹੁਣ ਤੋਂ 4 ਹਫ਼ਤੇ ਦੱਸੋ ਜੀ, ਹੁਣ ਤਾਂ 4 ਸਾਲਾਂ ਵੱਲ ਨੂੰ ਚੱਲੇ ਹੋਏ ਆ ਜੀ, 2.5 ਸਾਲ ਤਾਂ ਹੋ ਗਏ। ਫਿਰ ਤਾਂ ਕੈਪਟਨ ਸਾਹਿਬ 2 ਕੁ ਮਹੀਨੇ ਨੂੰ ਵਿਹਲੇ ਹੋ ਜਾਣਗੇ, ਤਾਂ 20 ਕੀ ਰਹਿ ਗਏ ਫਿਰ ਤਾਂ? ਕਿਉਂ ਮਜ਼ਾਕ ਕਰਦੇ ਆ ਲੋਕਾਂ ਨਾਲ? ਜਿਹੜੀ ਸਰਕਾਰ ਆਉਂਦੀ ਆ ਹੁਣ ਸਰ ਕਹਿੰਦੇ ਖਜ਼ਾਨਾ ਖਾਲੀ, ਖਜ਼ਾਨਾ ਖਾਲੀ। ਜੇ ਹੈ ਹੀ ਖਾਲੀ ਫਿਰ ਉਹਨੂੰ ਖਜ਼ਾਨਾ ਕਿਉਂ ਕਹਿੰਦੇ? ਉਹਨੂੰ ਪੀਪਾ ਕਹਿ ਦਿਓ। ਸੋ ਉਹਨਾਂ ਨੂੰ ਤਾਂ ਆਪ ਨੂੰ ਪਤਾ ਨਹੀਂ ਲੱਗ ਰਿਹਾ, ਸਲਾਹਕਾਰ ਲਾ ਲਏ 6 ਹੋਰ, 12 ਪਹਿਲਾਂ ਸੀ, 18-19 ਹੋ ਗਏ। ਸਲਾਹ ਤਾਂ ਰਾਣੀ ਦੀ ਨਹੀਂ ਮੰਨਦਾ, ਉਹਨਾਂ ਦੀ ਕੀ ਮੰਨੂਗਾ? ਬੀਤੇ ਦਿਨੀ ਅਮਰਗੜ੍ਹ ਤੋਂ ਕਾਂਗਰਸੀ ਵਿਧਾਇਕ ਸੁਰਜੀਤ ਧੀਮਾਨ ਨੇ ਆਪਣੀ ਹੀ ਸਰਕਾਰ ਖਿਲਾਫ਼ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਮੋਰਚਾ ਖੋਲ੍ਹਿਆ, ਤਾਂ ਵੱਖ ਵੱਖ ਸਿਆਸੀ ਮਾਹਿਰਾਂ ਵੱਲੋਂ ਧੀਮਾਨ ਦੀ ਇਸ ਮੋਰਚਾਬੰਦੀ ਨੂੰ ਵੱਖ ਵੱਖ ਰੂਪਾਂ 'ਚ ਦੇਖਿਆ ਜਾਣ ਲੱਗਿਆ। ਕੋਈ ਇਸ ਨੂੰ ਲੋਕ ਸਭਾ ਚੋਣਾਂ ਤੋਂ ਚੱਲੀ ਆ ਰਹੀ ਕੈਪਟਨ ਨਾਲ ਨਾਰਾਜ਼ਗੀ ਦੱਸ ਰਿਹਾ, ਅਤੇ ਕੋਈ ਕੈਬਨਿਟ ਰੈਂਕ ਲੈਣ ਲਈ ਸ਼ੁਰੂ ਹੋਈ ਖਾਨਾ ਜੰਗੀ। ਦੂਜੇ ਪਾਸੇ ਵਿਰੋਧੀ ਸੁਰਜੀਤ ਧੀਮਾਨ ਦੇ ਹੱਕ ਵਿੱਚ ਖੜਦਿਆਂ ਕੈਪਟਨ ਸਰਕਾਰ 'ਤੇ ਨਸ਼ੇ ਨਾ ਖਤਮ ਕਰਨ ਦੇ ਦੋਸ਼ ਲਾ ਰਹੇ ਨੇ। ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਮੁਤਾਬਕ ਜਿੱਥੇ ਪੁਲਿਸ ਮੁਲਾਜ਼ਮ ਤੱਕ ਨਸ਼ੇ ਦਾ ਕਾਰੋਬਾਰ ਕਰਦੇ ਹੋਣ, ਉਹ ਸੂਬੇ ਵਿੱਚ ਸਰਕਾਰ ਕੋਲੋਂ ਨਸ਼ੇ ਖਤਮ ਕਰਨ ਦੀ ਆਸ ਲਾਉਣਾ ਬੇਮਾਇਨੇ ਹੈ। ਅੱਜ ਸੁਰਜੀਤ ਸਿੰਘ ਧੀਮਾਨ ਨੇ ਫਿਰ ਆਪਣੀ ਸਰਕਾਰ ਦੇ ਉੱਤੇ ਨਸ਼ੇ ਦੇ ਮੁੱਦੇ 'ਤੇ ਕਿਹਾ ਵੀ ਪੰਜਾਬ ਵਿੱਚ ਉਸੇ ਤਰ੍ਹਾਂ ਨਸ਼ਾ ਹੈ, ਅਤੇ 60% ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਨਸ਼ਾ ਕਰਦੇ ਨੇ। ਕੱਲ੍ਹ ਜਿਹੜਾ ਖਬਰ ਆ ਰਹੀ ਸੀ ਕਿ ਅੰਮ੍ਰਿਤਸਰ ਦਿਹਾਤੀ ਦੇ SSP ਨੇ ਡੋਪ ਟੈਸਟ ਕਰਾਏ ਪੁਲਿਸ ਵਾਲਿਆਂ ਦੇ, 100 ਤੋਂ ਜ਼ਿਆਦਾ ਤਾਂ ਪੁਲਿਸ ਵਾਲੇ ਜਿਹੜੇ ਨੇ ਉਹ ਡਰੱਗੀ ਨਿਕਲੇ ਨੇ। ਹੁਣ ਜਦੋਂ ਮਾਲੀ ਉਹ ਬੇਈਮਾਨ ਹੋ ਗਿਆ, ਫਿਰ ਤੁਸੀਂ ਬਾਗ ਦੀ ਕੀ ਉਮੀਦ ਕਰੋਗੇ ਕਿ ਬਾਗ 'ਚ ਬਾਹਰ ਆਉਣਗੀਆਂ? ਉਸ ਬਾਗ 'ਚ ਕੋਈ ਜਿਹੜਾ ਕੋਈ ਚਮਨ ਖਿੜੂਗਾ ਉਹ 'ਚ? ਸੋ ਬਾੜ ਖੇਤ ਨੂੰ ਖਾਣ ਲੱਗੀ ਪਈ ਹੈ, ਇਸੇ ਕਰਕੇ ਪੁਲਿਸ ਵਾਲੇ ਫੜੇ ਜਾ ਰਹੇ ਨੇ। ਮੈਂ ਤਾਂ ਪਹਿਲਾਂ ਵੀ ਇਹ ਕਿਹਾ ਸੀਗਾ ਕਿ ਕੋਈ ਜ਼ਮਾਨਾ ਸੀਗਾ, ਮੈਨੂੰ ਤਾਂ ਮੇਰੇ ਬਜ਼ੁਰਗਾਂ ਨੇ ਦੱਸਿਆ ਕਿ ਜੇ ਕੋਈ ਨਜਾਇਜ਼ ਫੜਿਆ ਜਾਂਦਾ ਸੀਗਾ, ਕੋਈ ਕੋਈ ਸ਼ਰਾਬ, ਨਕਲੀ ਸ਼ਰਾਬ ਫੜੀ ਗਈ ਜਾਂ ਕੋਈ ਹੋਰ ਨਸ਼ਾ ਫੜਿਆ ਗਿਆ, ਲੋਕਾਂ ਨੂੰ, ਸਰਪੰਚਾਂ ਨੂੰ, ਆਲੇ ਦੁਆਲੇ ਦੇ ਮੋਹਤਬਰ ਬੰਦਿਆਂ ਨੂੰ ਬੁਲਾ ਕੇ ਉਹਨਾਂ ਦੇ ਸਾਹਮਣੇ ਉਹਨੂੰ ਅੱਗ ਲਾਤੀ ਜਾਂਦੀ ਸੀ, ਨਸ਼ਟ ਕਰ ਦਿੱਤਾ ਜਾਂਦਾ ਸੀ। ਹੁਣ ਹਰ ਰੋਜ਼ ਖਬਰ ਆਉਂਦੀ ਹੈ 60 ਕਿਲੋ ਹੈਰੋਇਨ ਫੜੀ, 1 ਕਿਲੋ ਸਮੈਕ ਫੜੀ, ਕਿੱਧਰ ਜਾਂਦੀ ਆ ਉਹ? ਪਰਚਾ ਤਾਂ ਉਨਾ ਹੀ ਹੈ ਨਾ, ਪਰਚਾ ਤਾਂ 10 ਗ੍ਰਾਮ ਦਾ ਵੀ ਉਹੀ ਹੈ, ਪਰਚਾ 10 ਕਿਲੋ ਦਾ ਵੀ ਉਹੀ ਹੈ, ਉਹ ਜਾਂਦੀ ਕਿੱਥੇ ਆ ਉਹ? ਇਹਦਾ ਦਿਖਾ ਦਿਓ ਸਾਨੂੰ ਕਿਹੜੇ ਸਟੋਰ 'ਚ ਪਈ। ਕੈਪਟਨ ਸਾਹਿਬ ਕਹਿ ਰਹੇ ਸੀ 4 ਹਫ਼ਤੇ 'ਚ ਅਸੀਂ ਠੱਲ ਪਾ ਦਾਂਗੇ ਨਸ਼ੇ ਨੂੰ। ਕੈਪਟਨ ਸਾਹਿਬ ਹੁਣ ਤੋਂ 4 ਹਫ਼ਤੇ ਦੱਸੋ ਜੀ, ਹੁਣ ਤਾਂ 4 ਸਾਲਾਂ ਵੱਲ ਨੂੰ ਚੱਲੇ ਹੋਏ ਹਾਂ ਜੀ, 2.5 ਸਾਲ ਤਾਂ ਹੋ ਗਏ, ਕੁਛ ਨਹੀਂ ਉਹਨਾਂ ਤੋਂ ਹੋਇਆ, ਸਾਰੇ ਉਵੇਂ ਜਿਵੇਂ ਫਿਰ ਰਹੇ ਨੇ। ਸੋ ਇਸੇ ਕਰਕੇ ਤਾਂ ਲੋਕ ਦੁਖੀ ਨੇ ਜੀ ਕਿ ਇਸ ਵਾਰ ਤਾਂ ਤੁਸੀਂ ਲਿਖ ਕੇ ਵਾਅਦੇ ਕੀਤੇ ਸੀ, ਇੱਕ ਤਾਂ ਹੁੰਦਾ ਮੂੰਹ ਜ਼ਬਾਨੀ ਕਰਕੇ ਜੀ ਮੁੱਕਰ ਗਿਆ, ਮਰੇ ਮੁੱਕਰੇ ਦਾ ਕੋਈ ਗਵਾਹ ਨਹੀਂ ਹੁੰਦਾ, ਲਿਖ ਕੇ ਦਿੱਤਾ ਹੋਇਆ ਇਹਨਾਂ ਦੇ, ਅਜੇ ਵੀ ਜੇਬਾਂ 'ਚ ਪਰਚੀਆਂ ਹੋਣਗੀਆਂ, ਕੈਪਟਨ ਨੇ ਸਹੁੰ ਚੱਕੀ ਤੁਹਾਡੀ ਨੌਕਰੀ ਪੱਕੀ ਹੈ ਜੀ, ਅਤੇ ਤੁਹਾਡੇ ਕਰਜ਼ੇ ਮਾਫ਼ ਹੋ ਜਾਣਗੇ। ਉਹ ਦੇਖ ਲਓ ਬਰਨਾਲੇ ਕੋਲ ਭੋਤਨਾ ਪਿੰਡ ਦੇ 4ਵੀਂ ਪੀੜ੍ਹੀ ਨੇ, ਇੱਕੋ ਘਰ 'ਚ 4ਵੀਂ ਪੀੜ੍ਹੀ ਨੇ, 5ਵੇਂ ਬੰਦੇ ਨੇ ਸੁਸਾਈਡ ਕਰ ਲਿਆ, ਪੜਦਾਦੇ ਨੇ ਕਰਜ਼ਾ ਲਿਆ ਸੀ, ਅੱਜ ਪੜਪੋਤਿਆਂ ਤੱਕ ਆ ਗਿਆ ਉਹ। ਸੋ ਪਹਿਲਾਂ ਬਿਮਾਰੀਆਂ ਹੁੰਦੀਆਂ ਸੀ, ਇਹ ਤਪਦਿਕ ਹੋ ਗਿਆ, TV ਹੋ ਗਈ, ਸਾਹ ਦਮਾਂ, ਉਹ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ ਸੀ, ਪਿਓ TV ਸੀ ਤਾਂ ਕਿ ਪੁੱਤ ਨੂੰ ਵੀ ਹੋ ਜਾਣ, ਧੀ ਨੂੰ ਹੋ ਜਾਣ। ਹੁਣ ਇਹ ਕਰਜ਼ਾ ਵੀ ਇੱਕ ਇਹੋ ਜਿਹੀ ਬਿਮਾਰੀ ਹੋ ਗਿਆ ਜਿਹੜਾ ਪੀੜ੍ਹੀ ਦਰ ਪੀੜ੍ਹੀ ਚੱਲਣ ਲੱਗ ਗਿਆ। ਹੁਣ ਉਹਨਾਂ ਦੇ ਘਰੇ ਕੋਈ ਰਿਹਾ ਹੀ ਨਹੀਂ, ਹੁਣ ਕਿਤੋਂ ਕਰਜ਼ ਵਾਪਸ ਲਾਉਂਗੇ ਫਿਰ ਕਰਜ਼ਾ? ਸੰਗਰੂਰ ਵਿੱਚ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਆਪਣੀਆਂ ਮੰਗਾਂ ਲੈ ਕੇ ਜੱਦੋਜਹਿਦ ਕਰ ਰਹੇ ਅਧਿਆਪਕਾਂ ਦੇ ਮਾਮਲੇ 'ਤੇ ਬੋਲਦਿਆਂ ਮਾਨ ਨੇ ਕੈਪਟਨ ਸਰਕਾਰ ਨੂੰ ਲੰਮੇ ਹੱਥੀ ਲਿਆ। ਮਾਨ ਮੁਤਾਬਕ ਸੂਬੇ ਵਿੱਚ ਸਿੱਖਿਆ ਦਾ ਮਿਆਰ 0 ਨਾਲੋਂ ਵੀ ਕਿਤੇ ਥੱਲੇ ਡਿੱਗ ਚੁੱਕਿਆ, ਅਤੇ ਸਿੱਖਿਆ ਮੰਤਰੀ ਨੂੰ ਇਸ ਦੀ ਕੋਈ ਵੀ ਚਿੰਤਾ ਨਹੀਂ ਹੈ।
ਸੰਗਰੂਰ ਦੇ ਵਿੱਚ ਟੈਂਕੀ ਦੇ ਉੱਤੇ ਲੰਮੇ ਸਮੇਂ ਤੋਂ ਜਿਹੜਾ ਸੰਘਰਸ਼ ਕਰ ਰਹੇ ਨੇ ਆਪਣੀਆਂ ਹੱਕੀ ਮੰਗਾਂ ਲੈਣ ਦੇ ਲਈ, ਪਰ ਸਰਕਾਰ ਦਾ ਕਿਤੇ ਧਿਆਨ ਨਹੀਂ ਹੈਗਾ। ਕੱਲ੍ਹ ਜਿਹੜਾ ਹੈਗਾ ਉਹਨਾਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼। ਦੇਖੋ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ। ਇਹੀ ਕੈਪਟਨ ਸਾਹਿਬ ਕਹਿੰਦੇ ਹੁੰਦੇ ਸੀਗੇ ਕਿ ਜਦੋਂ ਅਸੀਂ ਜਦੋਂ ਅਕਾਲੀ ਦਲ ਵੇਲੇ ਟੀਚਰਾਂ 'ਤੇ ਲਾਠੀਚਾਰਜ ਹੁੰਦਾ ਸੀ ਕਿ ਬੱਚਿਆਂ ਦੇ ਮਨ ਦੇ ਵਿੱਚ ਕੀ ਜਾਂਦਾ ਹੋਊ ਜਦੋਂ ਟੀਚਰਾਂ ਨੂੰ ਕੁੱਟਿਆ ਜਾਂਦਾ, ਤਾਂ ਉਹਨਾਂ ਦੀ ਇਮੇਜ ਕਿਹੋ ਜਿਹੀ ਬਣਦੀ ਹੋਊ, ਅਤੇ ਹੁਣ ਕਿਹੋ ਜਿਹੀ ਇਮੇਜ ਬਣ ਰਹੀ ਹੈ? ਮੈਂ ਪੁੱਛਣਾ ਚਾਹੁੰਦਾ ਕੈਪਟਨ ਸਾਹਿਬ ਤੋਂ ਕਿ ਤੁਸੀਂ ਜਿਹਨਾਂ ਨੂੰ ਨੇਸ਼ਨ ਬਿਲਡਰ ਕਹਿੰਦੇ ਆ, ਜਿਹਨਾਂ ਨੇ ਅੱਗੇ ਕੌਮ ਤਿਆਰ ਕਰਨੀ ਹੈ, ਉਹਨਾਂ ਨੂੰ ਤੁਸੀਂ ਇੰਨਾ ਜ਼ਿਆਦਾ ਹਰਾਸ਼ਮੈਂਟ ਉਹਨਾਂ ਦੀ ਕਰ ਰਹੇ ਹੋ। ਉਹ ਕਦੇ ਪਾਣੀ ਦੀ ਟੈਂਕੀ 'ਤੇ ਚੜ੍ਹੇ ਹੋਏ ਨੇ, ਕਾਫੀ ਦੇਰ ਤੋਂ ਚੜ੍ਹੇ ਨੇ, ਅੱਜ ਤੋਂ ਨਹੀਂ, ਕਈ ਤਾਂ ਨਾਰੇ ਲਾਉਂਦੇ ਲਾਉਂਦੇ ਪਾਣੀ ਦੀਆਂ ਟੈਂਕੀਆਂ 'ਤੇ ਚੜ੍ਹੇ ਚੜ੍ਹੇ ਹੀ ਓਵਰ ਏਜ ਹੋ ਗਏ, ਉਹਨਾਂ ਦੀ ਉਮਰ ਲੰਘ ਗਈ ਜਿਹੜੀ ਨੌਕਰੀ ਕਰਨ ਦੀ ਹੈ। ਸੋ ਕੋਈ ਧਿਆਨ ਨਹੀਂ ਉਹਨਾਂ ਦਾ। ਦਿੱਲੀ ਜਿਹੜੇ ਟੌਪ 10 ਸਕੂਲ ਇੰਡੀਆ ਦੇ ਵਿੱਚੋਂ ਨਿਕਲੇ ਨੇ ਹੁਣ ਸਰਕਾਰੀ, ਤਿੰਨੋਂ 'ਚ ਦਿੱਲੀ ਦੇ ਨੇ। ਪਹਿਲੇ ਨੰਬਰ 'ਤੇ ਦਿੱਲੀ ਦਾ ਸਰਕਾਰੀ ਸਕੂਲ ਹੈ ਪੜ੍ਹਾਈ ਦੇ ਵਿੱਚ, ਸਟੈਂਡਰਡ ਦੇ ਵਿੱਚ। ਇੱਕ ਪਾਸੇ ਦਿੱਲੀ ਦੇ ਸਕੂਲ ਫਸਟ ਆ ਰਹੇ ਨੇ, ਇੱਥੇ ਤੁਸੀਂ ਸਕੂਲ ਬੰਦ ਕਰ ਰਹੇ ਹੋ। ਢਿੱਲਮਾਂ ਵਾਲੇ ਸਕੂਲ ਨੂੰ ਲੋਕਾਂ ਨੇ ਜਿੰਦਾ ਲਾਤਾ, ਧਰਨਾ ਦੇ ਲਿਆ ਕਿ ਸਟਾਫ ਤਾਂ ਹੈ ਨਹੀਂ, ਤੁਸੀਂ ਕਿਉਂ ਇੱਥੇ ਫਿਰ ਸਾਡੇ ਬੱਚਿਆਂ ਦਾ ਭਵਿੱਖ ਬਰਬਾਦ ਕਰ ਰਹੇ ਹੋ? ਵਰਤ ਦੇ ਦੋ ਅਧਿਆਪਕ ਬੈਠੇ ਸੀਗੇ, ਉਹਨਾਂ ਨੂੰ ਪ੍ਰਸ਼ਾਸਨ ਨੇ ਜਿਹੜਾ ਹੈਗਾ ਜਬਰਨ ਲਿਆਇਆ ਗਿਆ, ਜਿਹੜਾ ਤੂੰ ਕਿਸ ਕੜੀ ਇਸ ਕਰਕੇ ਉਹਨਾਂ ਦੇ ਜਿਹੜੇ ਹੈਗੇ ਜ਼ਖਮ ਵੀ ਜਿਹੜੇ ਹੈਗੇ ਨੇ ਉਹਨਾਂ ਦੇ ਢੂਈਆਂ 'ਤੇ ਪੈ ਗਏ। ਦੇਖੋ ਐਜੂਕੇਸ਼ਨ ਮਨਿਸਟਰ ਜਿਹੜਾ ਉਹ ਸੰਗਰੂਰ ਤੋਂ ਹੈ, ਬਜਿੰਦਰ ਸਿੰਗਲਾ ਜੀ, ਤਾਂ ਓਬਵੀਅਸਲੀ ਉਹ ਤਾਂ ਇੱਥੇ ਹੀ ਆਉਣਗੇ ਨਾ। ਠੀਕ ਹੈ ਜੀ, ਪਹਿਲਾਂ ਵਿੱਤ ਮੰਤਰੀ ਸੰਗਰੂਰ ਤੋਂ ਸੀ ਪਰਮਿੰਦਰ ਢੀਂਡਸਾ, ਉਦੋਂ ਵੀ ਲੋਕ ਇੱਥੇ ਆਉਂਦੇ ਸੀ। ਸੋ ਜਦੋਂ PWD ਮਿਨਿਸਟਰ ਸੀਗਾ ਬਜਿੰਦਰ ਸਿੰਗਲਾ, ਉਦੋਂ ਕੋਈ ਸੜਕ ਨਹੀਂ ਬਣਾਈ। ਜਦੋਂ ਐਜੂਕੇਸ਼ਨ ਮਿਨਿਸਟਰ ਹੈ ਉਦੋਂ ਕੋਈ ਭਰਤੀ ਨਹੀਂ ਕੀਤੀ, ਕੋਈ ਸਕੂਲ ਦੀ ਕਿਸੇ ਦੀ ਸਾਰ ਨਹੀਂ ਲਈ। ਠੀਕ ਹੈ ਨਾ, ਪੰਚਾਇਤਾਂ ਤੋੜਨ 'ਤੇ ਲੱਗੇ ਹੋਏ ਨੇ, ਉਹ ਪੰਚਾਇਤ ਫਲਾਨਿਆਂ ਦੀ ਹੈ, ਉਹਨੂੰ ਕਹੋ ਸਰੋਪਾ ਪਵਾ ਲਾ, ਨਹੀਂ ਤਾਂ ਪ੍ਰਬੰਧਕ ਲਾ ਦਾਂਗੇ। ਆਹ ਕੰਮਾਂ 'ਤੇ ਨੇ ਤੁਹਾਡੇ ਵੱਲੋਂ ਪ੍ਰਯਾਸ ਕੀਤਾ ਜਾਊਗਾ ਉਹਨਾਂ ਦੀ ਮਦਦ? ਅਸੀਂ ਤਾਂ ਪਹਿਲੇ ਦਿਨ ਉਹਨਾਂ ਦੇ ਨਾਲ, ਮੈਂ ਤਾਂ ਹਰ ਸਪੀਚ ਦੇ ਵਿੱਚ ਇਹ ਬੋਲਦਾ ਕਿ ਤੁਸੀਂ ਇੱਕ ਪਾਣੀ ਦੀ ਟੈਂਕੀ ਸਕੂਲ ਦੇ ਬਿਲਕੁਲ ਸਾਹਮਣੇ ਹੈ, ਸਕੂਲ 'ਚ ਪੋਸਟਾਂ ਖਾਲੀ ਨੇ, ਟੈਂਕੀ ਮਾਸਟਰਾਂ ਨਾਲ ਭਰੀ ਪਈ ਹੈ। ਠੀਕ ਹੈ ਨਾ, ਸੋ ਸਾਡੇ ਬੇਰੁਜ਼ਗਾਰ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨੇ, ਟੈਟ ਪਾਸ ਕੀਤਾ, ਬਹੁਤ ਔਖਾ ਟੈਸਟ ਹੈ, ਉਹ ਪਾਸ ਕੀਤਾ, ETT ਪਾਸ ਕੀਤੀ, ਉਹ ਬੇਰੁਜ਼ਗਾਰ ਫਿਰਦੇ ਨੇ, ਅਤੇ ਨੌਕਰੀ ਕਿਹਨੂੰ ਦਿੱਤੀ ਹੈ? ਘਰ ਘਰ ਨੌਕਰੀ ਦੇਣ ਵਾਲੇ ਕਹਿੰਦੀ ਸੀ ਗੱਲਾਂ, ਅਖਬਾਰਾਂ 'ਚ ਵੱਡੇ ਵੱਡੇ ਇਸ਼ਤਿਹਾਰ ਲਵਾਈ ਜਾਂਦੇ ਨੇ, ਕਿਸਾਨ ਆਤਮ ਹੱਤਿਆ ਕਰੀ ਜਾਂਦਾ। ਕੀ ਬਦਲ ਗਿਆ? ਕੁਛ ਨਹੀਂ ਬਦਲਿਆ, ਇਕੱਲੇ ਪੱਗਾਂ ਦੇ ਰੰਗ ਬਦਲੇ ਬਸ। ਇਸ ਨਾਲ ਹੀ ਭਗਵੰਤ ਮਾਨ ਨੇ ਕੈਪਟਨ ਸਰਕਾਰ ਵੱਲੋਂ ਘਰ ਘਰ ਨੌਕਰੀ ਸਣੇ 141 ਵਾਅਦੇ ਪੂਰੇ ਕਰਨ ਦੇ ਬਿਆਨ 'ਤੇ ਵੀ ਖੂਬ ਤੰਜ ਕੱਸੇ ਨੇ। ਦੱਸ ਦਈਏ ਕਿ ਭਗਵੰਤ ਮਾਨ ਸੰਗਰੂਰ ਦੇ ਦਿੜਬਾ ਹਲਕੇ ਵਿੱਚ ਸਾਡਾ MP ਸਾਡਾ ਘਰ ਪ੍ਰੋਗਰਾਮ ਤਹਿਤ ਪਹੁੰਚੇ ਸੀ, ਜਿੱਥੇ ਉਹਨਾਂ ਦੀ ਇਸ ਮੁਹਿੰਮ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਕੈਪਟਨ ਨੇ ਆਪਣੇ ਰਿਪੋਰਟ ਕਾਰਡ ਦੇ ਵਿੱਚ ਕਿਹਾ, ਮੈਂ 161 ਦੇ ਵਿੱਚ 140 ਵਾਅਦੇ ਜਿਹੜੇ ਪੂਰੇ ਕਰਤੇ ਨੇ। ਕਿਹੜੇ ਕਰਤੇ? ਮੈਨੂੰ ਦੱਸ ਦਿਓ। ਸ਼ਾਇਦ ਇਹ ਕਹਿੰਦੇ ਹੋਣਗੇ ਕਿ ਜਿਹੜੇ ਵਾਅਦਿਆਂ ਦੀ ਵੀਡੀਓ ਬਣੀ ਹੈ ਉਹੀ ਰਹਿ ਗਏ ਬਸ। ਵੀਡੀਓ ਕਿਹੜੇ ਕਿਹੜਿਆਂ ਦੀ ਬਣੀ ਹੈ? ਕਰਜ਼ਾ ਮਾਫੀ ਦੀ ਵੀਡੀਓ ਬਣੀ ਹੈ, ਘਰ ਘਰ ਨੌਕਰੀ ਦੇਣ ਦੀ ਵੀਡੀਓ ਬਣੀ ਹੈ, 5-5 ਮਰਲਿਆਂ ਦੇ ਪਲਾਟ ਦੇਣ ਦੀ ਵੀਡੀਓ ਬਣੀ ਹੈ, ਸਮਾਰਟਫੋਨਾਂ ਦੀ ਵੀਡੀਓ ਬਣੀ ਹੈ, 2500 ਰੁਪਏ ਬੁਢਾਪਾ ਪੈਨਸ਼ਨ ਦੀ ਵੀਡੀਓ ਬਣੀ ਹੈ, 2500 ਰੁਪਏ ਰੋਜ਼ਗਾਰ ਬੇਰੁਜ਼ਗਾਰ ਭੱਤਾ, ਜਿਹਨਾਂ 'ਚ ਰੋਜ਼ਗਾਰ ਨਹੀਂ ਮਿਲਦਾ। ਬਸ ਇਹੀ ਰਹਿ ਗਿਆ ਨਾ ਸਮਾਰਟਫੋਨ। ਫਿਰ ਤਾਂ ਕੈਪਟਨ ਸਾਹਿਬ 2 ਮਹੀਨੇ ਨੂੰ ਵਿਹਲੇ ਹੋ ਜਾਣਗੇ, ਤਾਂ 20 ਕੀ ਰਹਿ ਗਏ ਫਿਰ ਤਾਂ? ਕਿਉਂ ਮਜ਼ਾਕ ਕਰਦੇ ਆ ਲੋਕਾਂ ਨਾਲ? ਮਨਪ੍ਰੀਤ ਬਾਦਲ ਕਹਿ ਰਹੇ ਨੇ ਕਿ ਦੀਵਾਲੀ ਦੇ ਉੱਪਰ ਜਿਹੜਾ ਨੌਜਵਾਨਾਂ ਨੂੰ ਸਮਾਰਟਫੋਨ ਦਿੱਤਾ ਜਾਏਗਾ। ਯਾਰ ਨੌਜਵਾਨਾਂ ਨੂੰ ਸਮਾਰਟਫੋਨ, ਨੌਜਵਾਨ ਕਹਿੰਦੇ ਸਾਨੂੰ ਨੌਕਰੀ ਦੇ ਦਿਓ, ਆਪ ਲੈ ਲਾਂਗੇ। ਠੀਕ ਹੈ, ਤੁਸੀਂ ਨੌਕਰੀ ਦਿਓ ਉਹਨਾਂ ਨੂੰ। ਇੱਕ ਪਾਸਾ ਤੁਸੀਂ ਇਹ ਕਹਿੰਦੇ ਹੋ, ਮਨਪ੍ਰੀਤ ਬਾਦਲ ਜੀ ਨੇ ਆਪਣੇ ਦਫ਼ਤਰ 'ਤੇ ਲਿਖ ਕੇ ਲਾਇਆ ਚੰਡੀਗੜ੍ਹ ਕੇ ਕੰਮ ਵਾਸਤੇ ਆਓ, ਚਾਹ ਅਤੇ ਪਾਣੀ ਨਹੀਂ, ਚਾਹ ਅਤੇ ਬਿਸਕੁਟ ਨਹੀਂ ਖਵਾਏ ਜਾਣਗੇ, ਖਜ਼ਾਨੇ 'ਤੇ ਭਾਰ ਪੈਂਦਾ। ਅਤੇ ਦੂਜੇ ਪਾਸੇ 6 ਚਿੱਟੇ ਹਾਥੀ ਬੰਨ ਲਏ ਜਿਹੜੇ MLA, ਹੁਣ ਉਹਨਾਂ ਨੂੰ ਕੈਬਨਿਟ ਦਾ ਰੈਂਕ ਦੇ ਤਾ, ਉਹਨਾਂ ਦੇ ਪਿੱਛੇ ਆਲੇ ਦੁਆਲੇ ਚੱਲਣਗੇ ਹੁਣ ਹੂਟਰਾਂ ਵਾਲੀਆਂ ਗੱਡੀਆਂ, ਸਟਾਫ ਮਿਲੂਗਾ, ਖਰਚਾ। ਇੱਕ ਪਾਸੇ ਖਜ਼ਾਨਾ ਖਾਲੀ ਹੈ, ਜਦੋਂ ਲੋਕਾਂ ਦਾ ਕੰਮ ਹੁੰਦਾ ਉਦੋਂ ਖਜ਼ਾਨਾ ਖਾਲੀ, ਅਤੇ ਜਦੋਂ ਕੋਈ ਆਪ ਕੈਮਰੀਆਂ ਦੇਣੀਆਂ ਨੇ, ਤਨਖਾਹਾਂ ਵਧਾਉਣੀਆਂ ਨੇ MLA ਦੀਆਂ, ਉਦੋਂ ਖਜ਼ਾਨੇ 'ਚ ਪੈਸੇ ਆ ਜਾਂਦੇ ਨੇ। ਸੋ ਜਿਹੜੀ ਸਰਕਾਰ ਆਉਂਦੀ ਆ ਹੁਣ ਸਰ ਕਹਿੰਦੀ ਖਜ਼ਾਨਾ ਖਾਲੀ, ਖਜ਼ਾਨਾ ਖਾਲੀ, ਜੇ ਹੈ ਹੀ ਖਾਲੀ ਫਿਰ ਉਹਨੂੰ ਖਜ਼ਾਨਾ ਕਿਉਂ ਕਹਿੰਦੇ ਹੋ? ਉਹਨੂੰ ਪੀਪਾ ਕਹਿ ਲਓ, ਅਲਮਾਰੀ ਕਹਿ ਲਓ, ਜਿਹੜਾ ਖਾਲੀ ਹੈ।
ਖਜ਼ਾਨਾ ਤਾਂ ਹੁੰਦਾ ਜੇ ਉਹ 'ਚ ਕੁਛ ਹੋਵੇ। ਸੋ ਲੋਕਾਂ ਬਾਰੇ ਹੈ, ਰਾਜਾ ਵੰਡੇ ਰਿਓੜੀਆਂ ਮੁੜ ਮੁੜ ਘਰਦਿਆਂ ਨੂੰ ਦੇਵੇ। ਕੈਪਟਨ ਨੇ ਮੈਨੀਫੈਸਟੋ ਵਿੱਚ ਵਾਅਦਾ ਕੀਤਾ ਸੀਗਾ ਵੀ ਜੋ ਸਾਡੇ ਮੰਤਰੀ ਹੋਣਗੇ, MLA ਹੋਣਗੇ, ਉਹ ਆਪਣੀਆਂ ਤਨਖਾਹਾਂ ਅਤੇ ਆਪਣੇ ਭੱਤੇ ਜਿਹੜੇ ਹੈਗੇ ਨੇ ਵੈਬਸਾਈਟ ਦੇ ਉੱਤੇ ਅਪਲੋਡ ਕਰਨਗੇ। ਪਰ ਕਿਸੇ ਨੇ RTI ਤਹਿਤ ਇਹ ਵੇਰਵਾ ਮੰਗਿਆ ਸੀਗਾ ਅਤੇ ਮੰਤਰੀਆਂ ਨੇ ਉਹ ਵੇਰਵਾ ਦੇਣ ਤੋਂ ਇਨਕਾਰ ਕਰ ਦਿੱਤਾ। ਇਹਦਾ ਮਤਲਬ ਫਿਰ ਜਿਹੜੇ 20-21 ਵਾਅਦੇ ਰਹਿੰਦੇ ਨੇ ਉਹਨਾਂ 'ਚ ਇਹ ਵੀ ਰਹਿੰਦਾ ਹੋਊਗਾ ਫਿਰ ਪੂਰਾ ਕਰਨ ਵਾਲਾ, ਠੀਕ ਹੈ ਨਾ। ਅਤੇ ਕੈਪਟਨ ਸਾਹਿਬ ਤਾਂ ਇੱਥੇ ਕਹਿ ਕੇ ਗਏ ਸੀ ਸੰਗਰੂਰ ਕਿ ਜਿਹੜਾ MLA ਜਾਂ ਮਿਨਿਸਟਰ ਆਪਦੀ ਸੀਟ ਹਾਰ ਗਿਆ ਲੋਕ ਸਭਾ 'ਚ, ਵਿਧਾਨ ਸਭਾ ਦੀ ਸੀਟ ਹਾਰ ਗਿਆ, ਤਾਂ ਉਹ 'ਤੇ ਸਖਤ ਕਾਰਵਾਈ ਹੋਊਗੀ। ਵਿਜੇਂਦਰ ਸਿੰਗਲਾ ਹਾਰ ਗਿਆ ਸੰਗਰੂਰ ਤੋਂ ਆ ਲੋਕ ਸਭਾ 'ਚ, ਅਤੇ ਫਿਰ ਕੀ ਕਾਰਵਾਈ ਕੀਤੀ ਦੱਸੋ। ਇਹਦੇ ਕਹਿਣ ਦਾ ਕੀ ਹੈ, ਕੁਛ ਵੀ ਕਹਿ ਕੇ ਚਲੇ ਜਾਂਦੇ ਨੇ। ਸੋ ਉਹਨਾਂ ਨੂੰ ਤਾਂ ਆਪ ਨੂੰ ਪਤਾ ਨਹੀਂ ਲੱਗ ਰਿਹਾ, ਸਲਾਹਕਾਰ ਲਾ ਲਏ 6 ਹੋਰ 12, ਪਹਿਲਾਂ ਸੀ 18-19 ਹੋ ਗਏ, ਸਲਾਹ ਤਾਂ ਰਾਣੀ ਦੀ ਨਹੀਂ ਮੰਨਦਾ, ਉਹਨਾਂ ਦੀ ਕੀ ਮੰਨੂਗਾ। ਕਿ ਸਾਡੇ ਘਰ ਜਿਹੜੀ ਮੁਹਿੰਮ ਅਸੀਂ ਵਿੱਢੀ ਹੋਈ ਹੈ, ਉਹਦੇ ਤਹਿਤ ਅੱਜ ਉਹਦਾ ਦੂਜਾ ਰਾਊਂਡ ਸ਼ੁਰੂ ਹੋ ਗਿਆ। ਪਹਿਲਾਂ 9 ਹਲਕੇ ਕਰ ਲਏ, ਦੂਜੇ ਰਾਊਂਡ ਦਾ ਪਹਿਲਾਂ ਜਿਹੜਾ ਉਹ ਵੀ ਹੋ ਗਿਆ ਧੌਲਾ ਪਿੰਡ ਦੇ ਵਿੱਚ, ਭਦੌੜ ਹਲਕੇ ਦਾ। ਇਹ ਦੂਜਾ ਪ੍ਰੋਗਰਾਮ ਹੈ ਦਿੜਵਾ ਹਲਕੇ ਦਾ, ਮਹਿਲਾ ਚੌਂਕ ਵੱਡਾ ਪਿੰਡ ਹੈ, ਅਤੇ ਇੱਥੋਂ ਦੇ ਜਿਹੜੇ ਸਾਡੇ ਵਲੰਟੀਅਰ ਨੇ, ਸਾਡੇ ਅਹੁਦਾਰ ਸਾਹਿਬਾਨ ਨੇ, ਉਹ ਬਹੁਤ ਦੇਰ ਤੋਂ ਕਹਿ ਰਹੇ ਸੀ ਕਿ ਸਾਡੇ ਪਿੰਡ ਇਸ ਤਰ੍ਹਾਂ ਦਾ ਤੁਸੀਂ ਫੰਕਸ਼ਨ ਰੱਖੋ। ਸੋ ਆਲੇ ਦੁਆਲੇ ਦੇ ਪਿੰਡਾਂ ਤੋਂ ਬਹੁਤ ਸਾਰੇ ਲੋਕ ਆਏ ਹੋਣਗੇ, ਪੰਚਾਇਤਾਂ ਆਈਆਂ ਹੋਣਗੀਆਂ, ਜਾਂ ਹਲਕੇ ਤੋਂ ਬਾਹਰੋਂ ਵੀ ਆਏ ਹੋਣਗੇ। ਬਕਾਇਦਾ ਜਿਸ ਤਰ੍ਹਾਂ ਅਸੀਂ ਕਰਦੇ ਹਾਂ ਕਿ ਉਹਨਾਂ ਦੇ ਨਾਮ ਰਜਿਸਟਰ 'ਤੇ ਲਿਖ ਲੈਂਦੇ ਹਾਂ, ਜਿਹੜੀ ਸੀਕੁਐਂਸ ਦੇ ਵਿੱਚ, ਜਿਹੜੀ ਤਰਤੀਬ ਦੇ ਵਿੱਚ ਉਹ ਆਏ ਨੇ, ਉਸੇ ਤਰਤੀਬ 'ਚ ਉਹ ਮੈਨੂੰ ਮਿਲ ਲੈਣਗੇ। ਸਾਡੇ ਕੋਲ ਕੰਪਿਊਟਰ ਹੈ, ਸਾਡੇ ਕੋਲ ਸਾਰਾ ਕੁਛ, ਜਿਹੜਾ ਪਿਛਲਾ ਰਿਕਾਰਡ ਹੈ ਕਿ ਪਿਛਲੀ ਵਾਰ ਇਸ ਪਿੰਡ ਨੂੰ ਕਿੰਨੇ ਪੈਸੇ ਆਏ, ਜੇ ਘੱਟ ਨੇ ਤਾਂ ਵਧਾ ਦਿਆ। ਅਸੀਂ ਉੱਥੋਂ ਹੀ ਸ਼ੁਰੂ ਕਰਾਂਗੇ ਜਿਨ੍ਹਾਂ ਪਿੰਡਾਂ ਨੂੰ ਘੱਟ ਪੈਸੇ ਗਏ ਆ ਪਹਿਲਾਂ, ਉਹਨਾਂ ਨੂੰ ਹੁਣ ਸਭ ਤੋਂ ਪਹਿਲੀ ਗ੍ਰਾਂਟ ਜਿਹੜੀ ਉਹਨਾਂ 'ਚੋਂ ਸ਼ੁਰੂ ਕਰਾਂਗੇ। ਪ੍ਰੋਗਰਾਮ ਕਰ ਰਹੇ ਹੋ 2022 ਦੇ ਇਲੈਕਸ਼ਨ ਦੇ ਵਿੱਚ, ਇਹਦਾ ਨਹੀਂ ਹਜੇ ਕੋਈ ਇਲੈਕਸ਼ਨਾਂ ਤਾਂ ਨੇੜੇ ਤੇੜੇ ਵੀ ਨਹੀਂ। ਇੰਨਾ ਕਿਹਾ ਵੀ ਮੈਂ ਚਾਹੁੰਦਾ ਕਿ ਜਿਹੜਾ ਫਰਕ ਪੈ ਗਿਆ, ਜਿਹੜਾ ਪਾੜਾ ਪੈ ਗਿਆ ਲੀਡਰਾਂ ਅਤੇ ਪਬਲਿਕ ਦੇ ਦਰਮਿਆਨ, ਮਿਲਣੋਂ ਹੀ ਹਟ ਗਏ, ਨੇੜੇ ਤੇੜੇ ਵੀ ਨਹੀਂ ਲੱਗਣ ਦਿੰਦੇ, ਉਹਨੂੰ ਅਸੀਂ ਤਾਂ ਕਹਿੰਦੇ ਤੋੜਿਆ ਜਾਵੇ। ਅਤੇ ਜਦੋਂ ਇਹਨਾਂ ਸਕੂਲਾਂ 'ਚ, ਇਹਨਾਂ ਥਾਈਆਂ 'ਚ, ਇਹਨਾਂ ਸੱਥਾਂ 'ਚ ਪੋਲਿੰਗ ਬੂਥ ਲੱਗਦੇ ਨੇ, ਇੱਥੇ ਲਾਈਨ 'ਚ ਲੱਗ ਕੇ ਲੋਕ ਵੋਟ ਪਾ ਕੇ ਸਾਨੂੰ ਹਰੇ ਰੰਗ ਦੇ ਪੈਨ ਦਿੰਦੇ ਨੇ ਕਿ ਤੁਸੀਂ ਸਾਡੇ ਲਈ ਉੱਥੇ ਬੋਲੋ ਪਾਰਲੀਮੈਂਟ 'ਚ ਜਾਂ ਵਿਧਾਨ ਸਭਾ 'ਚ, ਅਤੇ ਸਾਡੇ ਹੱਕ 'ਚ ਫੈਸਲੇ ਕਰੋ, ਸਾਡੇ ਕੰਮ ਕਰੋ, ਤਾਂ ਫਿਰ ਇੱਥੋਂ ਪੈਨ ਮਿਲਦਾ। ਲੱਭਣੇ ਦਿੱਲੀਆਂ ਤਾਂ ਚੰਡੀਗੜ੍ਹਾਂ ਤੋਂ ਪੈਂਦੇ ਨੇ। ਸੋ ਅਸੀਂ ਚਾਹੁੰਦੇ ਕਿ ਉੱਥੇ ਹੀ ਆਈਏ ਨਾ। ਫਿਰ ਕਈ ਲੋਕ ਇਹੋ ਜਿਹੇ ਵੀ ਨੇ ਜਿਹੜੇ ਸੰਗਰੂਰ ਨਹੀਂ ਜਾ ਸਕਦੇ ਹੋਣਗੇ, ਇੱਥੇ ਅੱਜ ਆਏ ਹੋਣਗੇ, ਜਿਹੜੇ ਕੋਈ ਹੈਂਡੀਕੈਪਟ ਹੈ ਕੋਈ, ਜਾਂ ਕੋਈ ਇਕੱਲਾ ਹੈਗਾ ਕੋਈ, ਨਾਲ ਕੋਈ ਹੈ ਨਹੀਂ, ਕੋਈ ਸਾਧਨ ਹੈ ਨਹੀਂ ਉਹਦੇ ਕੋਲ, ਤਾਂ ਇੱਥੇ ਮਿਲ ਲੈਣਗੇ ਅਤੇ ਨਾਲੇ ਦਿਹਾੜੀ ਨਹੀਂ ਫੁੱਟੂਗੀ। ਅਤੇ ਨਾਲੇ ਇਹਨਾਂ ਨੇ 400-500 ਬੰਦੇ ਨੇ ਆਉਣਾ ਇੱਧਰੋਂ, ਮੈਂ ਇਕੱਲੇ ਨੇ ਆਉਣਾ ਇੱਧਰ। ਸੋ ਇਹ ਬੜਾ ਲੋਕਾਂ ਦਾ ਇਸ ਮੁਹਿੰਮ ਨੂੰ ਪਿਆਰ ਸਤਿਕਾਰ ਮਿਲ ਰਿਹਾ ਅਤੇ ਅਸੀਂ ਕਰਦੇ ਰਹਾਂਗੇ। ਦੱਸ ਦਈਏ ਕਿ ਬੀਤੇ ਦਿਨੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 6 ਵਿਧਾਇਕਾਂ ਨੂੰ ਕੈਬਨਿਟ ਰੈਂਕ ਦੇ ਕੇ ਆਪਣੇ ਸਲਾਹਕਾਰਾਂ ਦੀ ਟੋਲੀ ਵਿੱਚ ਸ਼ਾਮਿਲ ਕੀਤਾ ਗਿਆ ਸੀ, ਜਿਸ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਸਨ ਕਿ ਕੁਝ ਹੋਰ ਵੀ ਵਿਧਾਇਕ ਇਸ ਤੋਂ ਬਾਅਦ ਕੈਬਨਿਟ ਰੈਂਕ ਦੀ ਮੰਗ ਕਰਦਿਆਂ ਬਗਾਵਤ ਦਾ ਰਸਤਾ ਅਖਤਿਆਰ ਕਰ ਸਕਦੇ ਨੇ। ਅਜਿਹੇ 'ਚ ਸੁਰਜੀਤ ਧੀਮਾਨ ਸਣੇ ਫਿਰੋਜ਼ਪੁਰ ਦੇ 2 ਕਾਂਗਰਸੀ ਵਿਧਾਇਕਾਂ ਵੱਲੋਂ ਵੀ ਕੈਪਟਨ ਦੀ ਬਜ਼ਾਰਤ ਦੇ ਖੇਡ ਮੰਤਰੀ ਰਾਣਾ ਸੋਢੀ ਖਿਲਾਫ਼ ਮੋਰਚਾਬੰਦੀ ਕੀਤੀ ਜਾ ਰਹੀ ਹੈ, ਜਿਸ ਨੂੰ ਦੇਖਦਿਆਂ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਵਿੱਚ ਬਗਾਵਤ ਦੇ ਛਿੱਟੇ ਉੱਠਣੇ ਤੈਅ ਲੱਗ ਰਹੇ ਨੇ। ਸੰਗਰੂਰ ਤੋਂ ਸੰਜੀਵ ਗੋਇਲ, ਪੰਜਾਬੀ ਲੋਕ ਚੈਨਲ।